Are you looking something new? दोस्तों अज्ज की वीडियो के वेलकम करता हाँ। वीडियो बहुत ज़्यादा खास होने वाली है क्योंकि अज्ज मैं आया सगा चंडीगढ़ तो चंडीगढ़ की मेन तो खास गल हैगी अलांटे मॉल जिथे मैं पहुँच चुका हाँ जी बिल्कुल। तो पिछे तो मेरे देख सकते हो तुम आ है अलांटे मॉल चंडीगढ़ का फेमस मॉल जो कि शॉपिंग का सब तो बड़ा एरिया सब तो ज़्यादा दुकाना इतने शॉपिंग दी हर एक ब्रांड हर एक तरह की चीज़ मिलती है। तो बड़े बड़े लोग सैलीब्रिटी इतने आते हैं घूमन फिरने लिए शॉपिंग करने लिए स्पैशल। सो दोस्तों फाइनली मैं भी अज आ गया तो काफ़ी टाइम का सोच रहा है भी आऊँगा जरूर तो फिलहाल अपने काम करके कुछ आया सगा। तो बाकी फाइनली तुहानू अलांटे मॉल का टूर करवावे देखते रहो ब्लॉग के बने रहो ब्लॉग वधिया लगे तो ब्लॉग में कर देना लाइक एंड चैनल में कर दो सबसक्राइब। तो चलो मैं पहला तुम्हें बाहर का व्यू दिखा दिना फाइनली दोस्तों व्यू जो चंडीगढ़ का तुम फोटो वगैरह आके खिंचते हैं तो ये अलांटे के फ्रंट पर आज मैं व्यू दिखा दिना थोड़ा जहा आ कुछ व्यू आ चलते अंदर देखते हैं किहो जिहा माहौल है तुहानू भी दिखाना बने रहे ब्लॉग दे विच आ कुछ व्यू हो बाहर का। फाइनली दोस्तों अंदर आ चुके हैं तो तुम माहौल देख सकते हो पूरा लग्जरी माहौल है यार हर एक तरह का ब्रांड हर एक तरह का तो हर एक चीज़ हर एक तरह के बंदे ब्रांडेड बंदे भी आते इतने। तो बाकी यार ब्लॉग के सारा कुछ इंटरेस्टिंग दसूँगा तुम्हें काफ़ी बड़ा मॉल आ तो घूमने टाइम लग जाना तो हर एक चीज़ तो नहीं दिखा सकता बट जिन्ना हो सके तुम दिखाऊँगा। तो बाकी दोस्तों बने रहो ब्लॉग वीडियो में यार लाइक कर दिया करो जो वधिया लग जाए मेहनत लगती है ठीक है। तो मैं थोड़ा होर इंटरेस्टिंग चीज़ा जरूर दिखाऊंगा। तो आ सीढ़ियाँ तो काफ़ी बार चढ़िया हुआ क्योंकि मेरे लिए तो आम गल है तो सीढ़ियाँ चढ़ने लिए मैं कोई औखा नहीं है। तो बाकी तुम्हें अगर चल के दिखाता होर कि मोर इंटरस्टिंग शॉप्स आदि तो कि व्यू आता मेरे लिए भी स्पैशल है तुहाडे लिए भी स्पैशल बने रहो ब्लॉग के पिछे। चलो तुम वॉच वाले स्टोर लैके चलता तो
ਦੇਖਦੇ ਹਾਂ ਕੀ ਪ੍ਰਾਈਜ਼ ਆ। ਗੱਡੀਆਂ ਇੰਨੀਆਂ ਜ਼ਿਆਦਾ ਖੜੀਆਂ ਨਾ ਕਿਉਂਕਿ ਅੱਜ ਸੰਡੇ ਆ ਅਤੇ ਸੰਡੇ ਕਰਕੇ ਇੰਨਾ ਕਰਾਊਡ ਪਿਆ, ਇੰਨਾ ਰੱਛ ਆ, ਇੰਨੇ ਲੋਕ ਆ ਨਾ ਅਤੇ ਬਾਹਰ ਮੈਂ ਤੁਹਾਨੂੰ ਫਿਰ ਦਿਖਾ ਦਿੰਦਾ ਇੱਕ ਵਾਰ। ਆਹ ਤੁਸੀਂ ਦੇਖ ਸਕਦੇ ਹੋ ਕਿੰਨਾ ਕਰਾਊਡ ਆ ਮਾਹੌਲ ਅਤੇ ਕਿੰਨੀਆਂ ਗੱਡੀਆਂ ਖੜੀਆਂ ਉਹ ਤੁਸੀਂ ਦੇਖ ਸਕਦੇ ਹੋ। ਪਾਰਕਿੰਗ ਆ ਸਾਰੀ, ਆਹ ਲਾਂਟੇ ਮਾਲ ਦੀ ਪਾਰਕਿੰਗ ਆ ਅਤੇ ਬਾਕੀ ਸੰਡੇ ਦੇਖੋ ਤੁਸੀਂ ਆਹ ਵਿਊ ਆ। ਠੀਕ ਆ ਦੋਸਤੋ, ਸੰਡੇ ਵਾਲੇ ਦਿਨ ਬਹੁਤ ਜ਼ਿਆਦਾ ਰੱਛ ਹੁੰਦਾ ਕਿਉਂਕਿ ਲੋਕ ਫ੍ਰੀ ਹੁੰਦੇ ਆ ਕੰਮਾਂ ਕਾਰਾਂ ਤੋਂ ਅਤੇ ਸਪੈਸ਼ਲੀ ਮੈਂ ਵੀ ਅੱਜ ਆਇਆ ਸੀਗਾ ਅਤੇ ਚਲੋ ਘੁੰਮੀ ਜਾਓ ਮੇਰੇ ਨਾਲ ਨਾਲ ਚੱਲਦੇ ਹਾਂ ਜਿੱਥੇ ਤੱਕ ਜਾਂਦੇ। ਬਾਕੀ ਫੋਨ ਦੀ ਬੈਟਰੀ ਵੀ ਲੋਅ ਆ, ਦੇਖਦੇ ਹਾਂ ਕਿੱਥੇ ਤੱਕ ਬਲੌਗ ਸ਼ੂਟ ਹੁੰਦਾ ਅਤੇ ਚਲੋ ਚਲੋ ਜੋ ਜਲਦੀ ਕਰੋ ਜਲਦੀ। ਪਤਾ ਨਹੀਂ ਕਿੰਨੇ ਕਿਲੋਮੀਟਰ ਏਰੀਆ ਦੇ ਵਿੱਚ ਫੈਲਿਆ ਅਲਾਂਟੇ ਮੋਲ, ਯਾਰ ਮੈਨੂੰ ਲੱਗਦਾ ਮੈਂ ਥੱਕ ਜਾਣਾ ਘੁੰਮ ਘੁੰਮ ਕੇ। ਓਕੇ, ਆਹ ਦੇਖ ਸਕਦੇ ਹੋ ਤੁਸੀਂ ਕੁਆਲਿਟੀ ਸ਼ੂ ਦੀ, ਆਹ ਜ਼ਿਆਦਾ ਚੱਲਦੇ ਆ ਬੈਲ ਬੋਟਮ ਜੀਨਸ ਦੇ ਨਾਲ, ਕਾਫੀ ਬੈਟਰ ਆ ਜਾਣਾ ਫੜ ਕੇ ਪਤਾ ਲੱਗ ਰਿਹਾ। ਅਤੇ ਬਾਕੀ ਹੋਰ ਵੀ ਕਈ ਸ਼ੂਜ਼ ਆ ਇਹਦੇ ਵਿੱਚ, ਤੁਸੀਂ ਦੇਖ ਸਕਦੇ ਹੋ। ਐਨੀ ਡਿਸਕਾਊਂਟ ਸਰ? ਨਹੀਂ ਹੁੰਦਾ ਫਿਕਸ ਪਰ। ਅੱਛਾ, ਅਤੇ ਬਾਕੀ ਡਿਸਕਾਊਂਟ ਵਾਲੇ ਸ਼ੂਜ਼ ਵੀ ਆ, ਆਹ ਦੇਖ ਸਕਦੇ ਹੋ ਤੁਸੀਂ। ਅਤੇ ਸਟਾਰਟਿੰਗ ਰੇਂਜ ਕੀ ਹੈ ਸਰ? 3500-3500। ਅੱਛਾ ਅੱਛਾ, ਆਹ ਵੀ ਦੇਖ ਲਓ ਦੋਸਤੋ, ਤੁਸੀਂ ਦੇਖਿਆ 3500 ਤੋਂ ਸਟਾਰਟਿੰਗ ਆ, 3500-3200 ਅਤੇ ਲਾਸਟ ਕਿੱਥੇ ਤੱਕ ਹੈ ਸਰ? ਹਾਂਜੀ ਸ਼ੋਅ ਕਿੰਨੀ ਰੇਂਜ ਤੱਕ ਦਾ 72 ਤੱਕ ਲਾਸਟ ਸ਼ੋਅ ਹੈ ਇਹਨਾਂ ਕੋਲ ਅਤੇ ਬਾਕੀ ਬਹੁਤ ਵਧੀਆ ਲੱਗਾ ਇੱਥੇ ਸ਼ੋਪ 'ਤੇ ਆ ਕੇ ਅਤੇ ਥੈਂਕ ਯੂ ਸਰ। ਵੈਨਿਊ
ਚਾਹੀਦੀਆਂ। ਹਰ ਤਰ੍ਹਾਂ ਦਾ ਸਟੋਰ ਆ ਜਿਹੜਾ ਤੁਸੀਂ ਦੁਨੀਆ ਭਰ 'ਚ ਮਤਲਬ ਹਰ ਤਰ੍ਹਾਂ ਦਾ ਬ੍ਰਾਂਡ ਜਿਹੜਾ ਦੁਨੀਆ ਭਰ ਦੇ ਵਿੱਚ ਆ ਅਤੇ ਉਹ ਤੁਹਾਨੂੰ ਸਟੋਰ ਇੱਥੇ ਅਵੇਲੇਬਲ ਮਿਲੂਗਾ। ਕੋਈ ਵੀ ਚੀਜ਼ ਤੁਸੀਂ ਲੈਣੀ ਆ ਆਓ ਟਾਂਟੇ ਮੋਲ ਦੇ ਵਿੱਚ ਅਤੇ ਖਰੀਦੋ। ਕੁਛ ਜਾਂ ਡਿਸਕਾਊਂਟ 'ਤੇ ਵੀ ਆ, ਕੁਛ ਨਹੀਂ ਵੀ ਹੈਗੀਆਂ। ਅਤੇ ਆਪਣੀ ਰੇਂਜ ਦੇਖੋ ਤੁਸੀਂ ਕਿਹੜੀ ਚੀਜ਼ ਖਰੀਦਣਾ ਚਾਹੁੰਦੇ ਆ। ਅਤੇ ਬਾਕੀ ਦੋਸਤੋ ਮੈਂ ਤਾਂ ਫਿਲਹਾਲ ਕੁਛ ਨਹੀਂ ਇੰਟਰਸਟਡ ਇੱਥੇ ਖਰੀਦਣ, ਮੈਂ ਤਾਂ ਘੁੰਮਣ ਦੇ ਵਿੱਚ ਹੀ ਬਹੁਤ ਵਧੀਆ। ਤੁਹਾਨੂੰ ਮੈਂ ਘੁੰਮਾ ਘੁੰਮਾ ਕੇ ਸਾਰਾ ਦਿਖਾ ਦੂੰਗਾ ਅੱਜ ਲਾਂਟੇ ਮੋਲ, ਠੀਕ ਆ ਜੀ। ਅਤੇ ਬਾਕੀ ਤੁਸੀਂ ਸੋਚ ਰਹੇ ਹੋਵੇ ਪਬਲਿਕ ਦੇ ਵਿੱਚ ਕਿੱਦਾਂ ਬੋਲ ਰਿਹਾ, ਸੋ ਦੋਸਤੋ ਇਹ ਮੇਰਾ ਐਕਸਪੀਰੀਅੰਸ ਆ ਜੋ ਕਿ ਮੈਂ 1 ਸਾਲ ਤੋਂ ਬਾਏ ਕੀਤਾ ਆ। ਐਕਸਪੀਰੀਅੰਸ ਬਾਏ ਕਰਨ ਨੂੰ ਵੀ ਟਾਈਮ ਲੱਗਦਾ। ਸੋ ਦੋਸਤੋ ਆਮ ਬੰਦਾ ਨਹੀਂ ਬੋਲ ਸਕਦਾ, ਕੁਛ ਕੁਛ ਹੋ ਸਕਦੇ ਆ ਵੀ ਖੁੱਲ੍ਹ ਕੇ ਪਬਲਿਕ ਦੇ ਵਿੱਚ ਗੱਲ ਕਰ ਸਕਦੇ, ਬਟ ਮੈਨੂੰ ਪਹਿਲਾਂ ਬਹੁਤ ਸ਼ਰਮ ਆਉਂਦੀ ਹੁੰਦੀ ਸੀ, ਇਸ ਲਈ ਮੈਂ ਬੋਲਣਾ ਸਟਾਰਟ ਕੀਤਾ। ਅਤੇ ਹੌਲੀ ਹੌਲੀ ਆਦਤ ਪੈ ਗਈ ਲੋਕਾਂ ਦੇ ਵਿੱਚ, ਚਾਹੇ ਯਾਰ ਕੋਈ ਵੀ ਦੇਖਦਾ ਹੋਵੇ, ਆਹ ਆਮ ਆ ਕੋਈ ਵੀ ਦੇਖਦਾ ਹੋਵੇ, ਪਿੱਛੇ ਵੀ ਦੇਖਦਾ ਹੋਊਗਾ, ਬਟ ਮੈਂ ਬੋਲੀ ਜਾਣਾ। ਅਤੇ ਮੈਨੂੰ ਕੋਈ ਇੱਦਾਂ ਦਾ ਹੈ ਨਹੀਂ ਵੀ ਚਲੋ ਕੋਈ ਨਹੀਂ ਸ਼ਰਮ ਆਉਂਦੀ ਹੈ। ਅਤੇ ਗੱਲਬਾਤ ਕਰਨ ਦਾ ਤਰੀਕਾ ਦੋਸਤੋ ਆ ਜਾਂਦਾ ਜਦੋਂ ਯੂਟਿਊਬ ਆਪਣੇ ਅਸੀਂ ਯੂਟਿਊਬ ਇੰਡਸਟਰੀ ਦੇ ਵਿੱਚ ਆਉਂਦੇ ਹਾਂ ਨਾ, ਵਲੌਗ ਵਗੈਰਾ ਸ਼ੂਟ ਕਰਦੇ ਹਾਂ, ਇੱਕ ਛੋਟੀ ਗੱਲ ਨਹੀਂ ਹੈਗੀ। ਸੋ ਦੋਸਤੋ ਇਹ ਇੱਕ ਐਕਸਪੀਰੀਅੰਸ ਆ, ਲੋਕ ਆਉਂਦੇ ਪੈਸੇ ਲਈ, ਬਟ ਮੈਂ ਆਇਆ ਸੀ ਐਕਸਪੀਰੀਅੰਸ ਲਈ। ਅਤੇ ਬਾਕੀ ਆਹ ਦੇਖ ਸਕਦੇ ਹੋ ਇਹ ਸ਼ੋਪ, ਅਤੇ ਬਾਕੀ ਹਰ ਤਰ੍ਹਾਂ ਦੀ ਚੀਜ਼ ਮਿਲ ਜੂਗੀ ਇੱਥੇ। ਅਤੇ ਆਹ ਤੁਸੀਂ ਦੇਖ ਸਕਦੇ ਹੋ ਸਿਰਫ ਆਹ ਤੁਸੀਂ ਦੇਖ ਸਕਦੇ ਹੋ ਸਿਰਫ 600 ਰੁਪਏ ਦਾ ਕੱਪ ਆ। ਅਤੇ ਡਿਜ਼ਾਈਨ ਓਕੇ ਓਕੇ ਓਕੇ। ਬਾਕੀ ਹੋਰ ਵੀ ਚੀਜ਼ਾਂ ਕਈ ਆ। ਅਤੇ ਆਹ ਦੇਖ ਸਕਦੇ ਹੋ ਡੋਲ ਦਾ ਪ੍ਰਾਈਜ਼ 3599। ਯਾਰ ਉਹ ਚੀਜ਼ਾਂ ਜਿਹੜੀਆਂ ਆਪਾਂ ਦੇਖੀਆਂ ਉਹ ਨਹੀਂ ਹੈਗੀਆਂ। ਅਰੇ ਸਰ ਬਾਕੀ ਦੇਖ ਸਕਦੇ ਹੋ ਤੁਸੀਂ ਕਿੰਨੇ ਜ਼ਿਆਦਾ ਪ੍ਰਾਈਜ਼ ਆ। ਗਣੇਸ਼ ਜੀ ਦੀ ਮੂਰਤੀ ਦਾ ਪ੍ਰਾਈਜ਼ 35,000 ਰੁਪਈਆ। ਸੋ ਦੋਸਤੋ ਦੇਖ ਕੇ ਹੈਰਾਨ, ਜਿੱਥੇ 1,500 ਦੇ ਸਕਦੇ ਨਾ ਉੱਥੇ 35,000 ਦੀ ਮੂਰਤੀ ਕੁਆਲਿਟੀ ਆ ਯਾਰ। ਬਾਕੀ ਆਹ ਦੇਖ ਸਕਦੇ ਫੋਟੋਆਂ ਵਗੈਰਾ, ਚਲੋ ਆਹ ਸ਼ੋਪ ਤਾਂ ਘੁੰਮ ਲਈ ਆ, ਬਾਕੀ ਆਪਾਂ ਅੱਗੇ ਚੱਲਦੇ ਹਾਂ। ਬਟ ਤੁਹਾਨੂੰ ਹਾਂ ਆਹ ਘੜੀਆਂ ਦੇਖੋ ਤੁਸੀਂ, ਆ ਗਈਆਂ ਵਾਚ ਪ੍ਰਾਈਜ਼ ਦੇਖ ਸਕਦੇ ਹੋ 4,000 ਤੋਂ ਸਟਾਰਟਿੰਗ ਆ। ਅਤੇ ਬਾਕੀ ਚੱਲਦੇ ਹਾਂ ਅਗਲੀ ਸ਼ੋਪ 'ਤੇ, ਅਤੇ ਕਾਫੀ ਵੱਡਾ ਬਲੌਗ ਹੋ ਜਾਣਾ ਇਸ ਕਰਕੇ ਛੋਟੀ ਛੋਟੀ ਸ਼ੋਪ ਦੇ ਤੁਹਾਨੂੰ ਬਲੌਗ ਦਿਖਾ ਦਿੰਦਾ। ਅਤੇ ਚਲੋ 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 ਫਾਸਟ ਫਾਸਟ ਆ ਦੇਖ ਲਓ ਦੋਸਤੋ, ਮੈਂ ਤੁਹਾਨੂੰ ਦਿਖਾਉਣਾ ਇੰਨੀ ਜ਼ਿਆਦਾ ਦੂਰ ਆ ਨਾ, ਇੰਨੀ ਜ਼ਿਆਦਾ ਦੂਰ ਆ, ਹਰ ਏਰੀਆ ਘੁੰਮਦੇ ਘੁੰਮਦੇ ਤੁਸੀਂ ਥੱਕ ਜੂੰਗੇ, ਇੱਦਾਂ ਲੱਗਦਾ ਵੀ ਜੇ ਪੂਰਾ ਚੰਡੀਗੜ੍ਹ ਘੁੰਮ ਲਿਆ ਲੈ ਇੰਨਾ ਕੁ ਘੁੰਮ ਕੇ। ਆਹ ਦੇਖ ਕਿੱਥੇ ਤੱਕ ਜਾਂਦਾ ਯਾਰ ਰਾਸਤਾ, ਉਹ ਕਿੰਨਾ ਕੁ ਬੰਦਾ ਘੁੰਮ ਲਵੇ। ਬਾਕੀ ਏਅਰਪੋਰਟ 'ਤੇ ਵੀ ਇੱਦਾਂ ਦਾ ਐਕਸਪੀਰੀਅੰਸ ਹੁੰਦਾ ਹੈ ਜਿੱਦਾਂ ਦਾ ਅਲਾਂਟੇ ਮੋਲ ਦੇ ਵਿੱਚ ਆ,
ਕਿਉਂਕਿ ਏਅਰਪੋਰਟ 'ਤੇ ਹਰ ਤਰ੍ਹਾਂ ਦੀ ਚੀਜ਼ ਇੱਦਾਂ ਹੀ ਸਜਾਵਟ ਕੀਤੀ ਗਈ ਆ ਅਤੇ ਸੇਮ ਟੂ ਸੇਮ ਇੱਦਾਂ ਹੀ ਆ, ਬ੍ਰੈਂਡ ਵੀ ਮਿਲ ਰਹੇ, ਜਵੈਲਰੀ ਬਾਕੀ। ਜੇ ਤੁਸੀਂ ਚੀਜ਼ ਕੋਈ ਬਾਏ ਕਰਨੀ ਆ ਤਾਂ ਇਹ ਨਾ ਸੋਚ ਕੇ ਆਓ ਵੀ 500,000 ਜਾਂ ਕੁਛ, ਨਾ 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 ਦੋਸਤੋ, ਇੱਥੇ ਤਾਂ ਜੇਬ ਖਾਲੀ ਕਰਕੇ ਜਾਣੀ ਪੈਂਦੀ ਆ। ਅਤੇ ਇੱਕ ਚੀਜ਼ ਨੋਟ ਕੀਤੀ ਹੋਊਗੀ, ਜੋ ਵੀ ਚੀਜ਼ ਆ ਨਾ ਸ਼ੋਪ ਦੇ ਵਿੱਚ, ਜੋ ਵੀ ਬ੍ਰੈਂਡ ਹਰ ਤਰ੍ਹਾਂ ਦਾ, ਅਤੇ ਉਹਦੇ ਹਿਸਾਬ ਨਾਲ ਹੀ ਸਜਾਵਟ ਇੰਟੀਰੀਅਰ ਡਿਜ਼ਾਇਨ ਕੀਤਾ ਗਿਆ ਆ, ਵੀ ਉਸ ਤਰ੍ਹਾਂ ਹੀ ਲੱਗੇ, ਗਾਹਕ ਕਸਟਮਰ ਜਿਹੜਾ ਅਟਰੈਕਟਿਵ ਹੋਵੇ ਅਤੇ ਆਵੇ ਅਤੇ ਚੀਜ਼ ਬਾਏ ਕਰ ਸਕੇ। ਅਤੇ ਆਹ ਹੈਗਾ ਆਪਣਾ ਥਰਡ ਫਲੋਰ, ਬਾਕੀ ਦੇਖ ਸਕਦੇ ਹੋ ਤੁਸੀਂ। ਐਮਲੈਸ ਨਿਆਣਿਆਂ ਦੇ ਖਿਡੌਣਿਆਂ ਦਾ ਸ਼ਹਿਰ ਜਾਣੀ ਦੁਕਾਨ, ਪਤਾ ਨਹੀਂ ਕਿਹੋ ਕਿਹੋ ਜਿਹੀਆਂ ਗੇਮਾਂ ਯਾਰ ਨਿਆਣਿਆਂ ਦੇ, ਮਤਲਬ ਦੀਆਂ ਅਸੀਂ ਤਾਂ ਨਿਆਣੇ ਰਹੇ ਨਹੀਂ ਹੁਣ। ਚਲੋ ਕੋਈ ਨਹੀਂ, ਬਾਹਰ ਚੱਲਦੇ ਹਾਂ, ਹੁਣ ਦੇਖਦੇ ਹਾਂ ਬਾਕੀ। ਲਓ ਜੀ, ਰਾਈਡ ਵੀ ਲੈ ਸਕਦੇ ਹਾਂ, ਟ੍ਰੇਨ ਵੀ ਇੱਥੇ ਅੰਦਰ, ਟ੍ਰੇਨ ਦੇ ਵਿੱਚ ਬੱਚਿਆਂ ਲਈ ਬਣੀ ਹੋਈ ਆ। ਸਿਰ ਦਾ ਟ੍ਰੇਨ, ਹਾਂਜੀ ਭਾਈ ਸਾਹਿਬ, ਕਿਆ ਹਾਲ ਚਾਲ? ਕਿੰਨੇ ਦੀ ਹੈ ਟਿਕਟ? 150। 150 ਦੀ ਟਿਕਟ ਆ, ਅਤੇ ਬੱਚਿਆਂ ਲਈ ਆ? ਬੱਚਿਆਂ ਲਈ ਆ ਸਿਰਫ, ਇਹ ਸਾਰਾ ਮੌਲ ਘੁਮਾਉਂਦੇ ਆ। ਅਤੇ ਬਾਕੀ ਦੋਸਤੋ, ਆਈਫੋਨ ਦੇ ਸ਼ੌਕੀਨ ਸਾਰੇ ਇੱਥੇ ਹੀ ਆ, ਦੇਖ ਸਕਦੇ ਹੋ ਭੀੜ ਕਿੱਦਾਂ ਲੱਗੀ ਹੋ। ਕਿਹੜਾ ਵਧੀਆ ਹੈ? 13 ਹਾਂਜੀ। ਅਤੇ ਆਈਫੋਨ 13 ਦਾ ਵੀ ਪ੍ਰਾਈਜ਼ ਮੈਂ ਤੁਹਾਨੂੰ ਦੱਸ ਦਿੰਦਾ, ਅਤੇ ਆਹ ਹੈਗਾ ਆਈਫੋਨ 13, ਦੇਖ ਸਕਦੇ ਹੋ ਆਹੀ ਕੈਮਰਾ, ਅਤੇ ਆਹ ਕਲਰ ਆ ਜਾਂਦੇ ਇਹਦੇ 'ਚ, ਦੇਖ ਸਕਦੇ ਹੋ। ਅਤੇ ਬਾਕੀ ਆਹ ਪ੍ਰਾਈਜ਼ ਆ, ਇੰਨੇ ਤੋਂ ਸਟਾਰਟਿੰਗ ਆ। ਜੇ ਅਗਰ ਤੁਸੀਂ ਕੁਛ ਖਾਣਾ ਤਾਂ ਉੱਪਰ ਆ ਸਕਦੇ ਹੋ ਤੁਸੀਂ, ਇਹ ਹੈਗਾ ਥਰਡ ਫਲੋਰ,
ਸੋਰੀ ਪਹਿਲਾਂ ਸੀਗਾ ਸੈਕਿੰਡ ਫਲੋਰ ਅਤੇ ਹੁਣ ਹੈਗਾ ਥਰਡ ਫਲੋਰ। ਅਤੇ ਇੱਥੇ ਜੋ ਵੀ ਤੁਸੀਂ ਖਾਣਾ ਆ ਕੇ ਖਾ ਸਕਦੇ ਹੋ, ਬਰਗਰ ਵਗੈਰਾ ਹਰ ਤਰ੍ਹਾਂ ਦਾ, ਅਤੇ ਬਾਕੀ ਪੀ ਵੀ ਆਰ ਸਿਨੇਮਾ ਮੂਵੀਜ਼ ਵਗੈਰਾ ਸਾਹਮਣੇ ਲੱਗੀਆਂ ਹੋਈਆਂ। ਆਹ ਹੈਗੀ ਫਨ ਸਿਟੀ, ਆਹ ਫਨ ਸਿਟੀ ਆਪਣੀ। ਅਤੇ ਪੀ ਵੀ ਆਰ ਸਿਨੇਮਾ ਸਾਹਮਣੇ ਆ, ਉਹ ਵੀ ਜਾ ਕੇ ਦੇਖ ਸਕਦੇ। ਸੋ ਫਾਈਨਲੀ ਦੋਸਤੋ, ਅਲਾਂਟੇ ਮੋਲ ਸਾਰਾ ਹੀ ਟੂਰ ਕਰਵਾ ਤਾ ਤੁਹਾਨੂੰ, ਕੁਛ ਚੀਜ਼ਾਂ ਰਹਿ ਗਈਆਂ ਅਤੇ ਕੁਛ ਚੀਜ਼ਾਂ ਬਾਕੀ ਆ। ਅਤੇ ਅਗਰ ਟਾਈਮ ਫਿਰ ਮਿਲਿਆ ਤਾਂ ਜ਼ਰੂਰ ਆਵਾਂਗੇ। ਅਤੇ ਬੈਟਰੀ ਨੇ ਵੀ ਸਾਥ ਨਹੀਂ ਦਿੱਤਾ ਸੀ ਜਦੋਂ ਆਈਫੋਨ ਦੇਖਦੇ ਸੀ, ਉਸ ਵੇਲੇ ਚਾਰਜ ਕੀਤਾ ਸੀ ਚੋਰੀ ਚੋਰੀ ਉਹਨਾਂ ਤੋਂ। ਅਤੇ ਬਾਕੀ ਉਹਨਾਂ ਨੇ ਮਨਾ ਕਰਤਾ ਸੀ, ਕਹਿੰਦੇ ਕੋਈ ਗੱਲ ਨਹੀਂ ਰਹਿਣ ਦਿਓ ਤੁਸੀਂ, ਅਲਾਊਡ ਨਹੀਂ ਹੈਗਾ। ਫਿਰ ਚਾਰਜ ਕਰਕੇ ਥੋੜ੍ਹਾ ਜਿਹਾ ਵਲੋਗ ਹੋਰ ਸ਼ੂਟ ਕੀਤਾ। ਅਤੇ ਬਾਕੀ ਬਾਰਿਸ਼ ਪੈ ਰਹੀ ਆ ਅਤੇ ਹੁਣ ਬਾਕੀ ਤੁਸੀਂ ਮੋਲ ਦੇਖ ਸਕਦੇ ਹੋ, ਕਾਫੀ ਥੱਕ ਚੁੱਕਾ ਅਤੇ ਭੁੱਖ ਵੀ ਲੱਗੀ ਆ। ਅਤੇ ਹੁਣ ਮੈਂ ਜਾਣਾ ਆ ਅਤੇ ਇੱਥੋਂ ਕਰਾਂਗੇ ਬਾਏ ਬਾਏ। ਅਤੇ ਹੁਣ ਬਲੌਗ ਕਰਦੇ ਐਂਡ। ਵੀਡੀਓ ਵਧੀਆ ਲੱਗੇ ਵੀਡੀਓ ਕਰ ਦਿੰਦੇ ਲਾਈਕ, ਐਂਡ ਚੈਨਲ ਕਰ ਦਿਓ ਸਬਸਕ੍ਰਾਈਬ।